ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ ਵੀ ਸੈਕਰਾਮੈਂਟੋ ਤੇ ਇਸ ਦੇ ਆਸ-ਪਾਸ ਦੇ ਏਰੀਆ 'ਚ ਅੱਜ ਰਾਤ ਨੂੰ ਟੈਂਪਰੇਚਰ ਬਹੁਤ ਹੀ ਡਾਊਨ ਚਲੇ ਜਾਊਗਾ 38 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਟੈਂਪਰੇਚਰ ਪਹੁੰਚ ਸਕਦਾ ਹੈਗਾ ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਫਰੋਸ ਐਡਵਾਈਜ਼ਰੀ ਇਸ਼ੂ ਕੀਤੀ ਗਈ ਹੈਗੀ ਆ ਅੱਜ ਰਾਤ ਨੂੰ ਤੇ ਕੱਲ ਸਵੇਰ ਨੂੰ ਬੇ ਏਰੀਆ ਵੀ ਇਹਦੇ ਅੰਦਰ ਆਦਾ ਹੈਗਾ ਤੇ ਧਿਆਨ ਰੱਖੋ ਕਪੜੇ-ਕੁਪੜੇ ਮੋٹے ਪਾਓ ਬਾਹਰ ਜਾਣ ਤੋਂ ਥੋੜਾ ਬਚੋ ਆ ਕਹਿੰਦੇ ਵੀ ਸ਼ਾਸਤਾ ਲੈ ਕੇ ਏਰੀਆ ਨਾਰਦਰਨ ਸ਼ਾਸਤਾ ਕਾਉਂਟੀ ਨਾਰਦਰਨ ਤੇ ਸਦਰਨ ਤੇ ਸੈਂਟਰਲ ਪਾਰਟਸ ਆਫ ਸੈਕਰਾਮੈਂਟੋ ਵੈਲੀ ਆ ਇਹ ਸਾਰਾ ਏਰੀਆ ਤੇ ਇਸੇ ਤਰ੍ਹਾਂ ਪਿਟਸਬਰਗ ਐਂਟੀਓਕ ਫੇਅਰਫੀਲਡ ਬਨੀਸ਼ਾ ਸੂਜ਼ਨ ਸਿਟੀ ਵਲੇਹੋ ਤੇ ਵੈਕਾਵਿਲ ਇਹ ਸਾਰੇ ਏਰੀਏ ਚ ਟੈਂਪਰੇਚਰ ਬਹੁਤ ਲੋ ਜਾਊਗਾ ਸੋ ਵੇਜੀਟੇਸ਼ਨ ਵੀ ਲਈ ਵੀ ਬਹੁਤ ਸੈਂਸਿਟਿਵ ਆ ਸੋ ਜਿਨ੍ਹਾਂ ਨੇ ਟਰੀ ਲਗਾਏ ਆ ਆਪਣੇ ਨਵੇਂ ਉਹਨਾਂ ਨੂੰ ਵੀ ਕਹਿੰਦੇ ਢੱਕਣ ਦੀ ਜ਼ਰੂਰਤ ਹੈਗੀ ਆ ਜੋ ਠੰਡ ਆ ਉਹਨਾਂ ਨੂੰ ਮਾਰ ਸਕਦੀ ਹੈ ਜੀ ਬਿਲਕੁਲ ਜਿਨ੍ਹਾਂ ਨੇ ਭਾਈ ਅਮਰੂਦ ਅਮਰੂਦ ਲਾਏ ਆ ਉਹ ਬਹੁਤੀ ਠੰਡ ਨਹੀਂ ਸਹਾਰਦੇ ਹੁੰਦੇ ਉਹਨਾਂ ਦੇ ਕਪੜੇ ਲੀਡੇ ਜਿਹੜਾ ਆ ਉਹ ਜਿਹੜਾ ਉਹ ਪਾ ਲਿਓ ਹੋਰ ਵੀ ਬਹੁਤ ਸਾਰੇ ਜਿਹੜੇ ਇਦਾਂ ਦੇ ਟਰੀ ਜਿਹੜੇ ਉਹ ਰਹਿੰਦੇ ਆ ਸੈਕਰਾਮੈਂਟੋ ਤੋਂ ਖਬਰ ਆ ਰਹੀ ਆ ਵੀ ਸੈਕਰਾਮੈਂਟੋ ਤੇ ਇਸ ਦੇ ਆਸ-ਪਾਸ ਦੇ ਏਰੀਆ ਚ ਅੱਜ ਰਾਤ ਨੂੰ ਟੈਂਪਰੇਚਰ ਬਹੁਤ ਹੀ ਡਾਊਨ ਚਲੇ ਜਾਊਗਾ 38 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਟੈਂਪਰੇਚਰ ਪਹੁੰਚ ਸਕਦਾ ਹੈਗਾ ਸੋ ਜਿੰਨੇ ਵੀ ਸਾਡੇ ਸਰੋਥੇ ਸੁਣਦੇ ਆ ਫਰੋਸਡ ਐਡਵਾਈਜ਼ਰੀ ਇਸ਼ੂ ਕੀਤੀ ਗਈ ਹੈਗੀ ਆ ਅੱਜ ਰਾਤ ਨੂੰ ਤੇ ਕੱਲ ਸਵੇਰ ਨੂੰ ਬੇਅਰੀਆ ਵੀ ਇਹਦੇ ਅੰਦਰ ਆਂਦਾ ਹੈਗਾ ਤੇ ਧਿਆਨ ਰੱਖੋ ਕੱਪੜੇ-ਕੁਪੜੇ ਮੋਟੇ ਪਾਓ ਬਾਹਰ ਜਾਣ ਤੋਂ ਥੋੜਾ ਬਚੋ ਆ ਕਹਿੰਦੇ ਵੀ ਸ਼ਾਸਤਾ ਲੈ ਕੇ ਏਰੀਆ ਨਾਰਦਰਨ ਸ਼ਾਸਤਾ ਕਾਉਂਟੀ ਨਾਰਦਰਨ ਤੇ ਸਦਰਨ ਤੇ ਸੈਂਟਰਲ ਪਾਰਟਸ ਆਫ ਸੈਕਰਾਮੈਂਟੋ ਵੈਲੀ ਆ ਇਹ ਸਾਰਾ ਏਰੀਆ ਤੇ ਇਸੇ ਤਰ੍ਹਾਂ ਪিটਸਬਰਗ ਐਂਟੀਓਕ ਫੇਅਰਫੀਲਡ ਬਨੀਸ਼ਾ ਸੂਜ਼ਨ ਸਿਟੀ ਵਲੇਹੋ ਤੇ ਵੈਕਾਵਿਲ ਇਹ ਸਾਰੇ ਏਰੀਏ ਚ ਟੈਂਪਰੇਚਰ ਬਹੁਤ ਲੋ ਜਾਊਗਾ ਸੋ ਵੈਜੀਟੇਸ਼ਨ ਵੀ ਲਈ ਵੀ ਬਹੁਤ ਸੈਂਸਿਟਿਵ ਆ ਸੋ ਜਿਨ੍ਹਾਂ ਨੇ ਟਰੀ ਲਗਾਏ ਆ ਆਪਣੇ ਨਵੇਂ ਉਹਨਾਂ ਨੂੰ ਵੀ ਕਹਿੰਦੇ ਢੱਕਣ ਦੀ ਜ਼ਰੂਰਤ ਹੈਗੀ ਆ ਜੋ ਠੰਡ ਆ ਉਹਨਾਂ ਨੂੰ ਮਾਰ ਸਕਦੀ ਹੈ ਜੀ ਬਿਲਕੁਲ ਜਿਨ੍ਹਾਂ ਨੇ ਭਾਈ ਅਮਰੂਦ ਅਮਰੂਦ ਲਾਏ ਆ ਉਹ ਬਹੁਤੀ ਠੰਡ ਨਹੀਂ ਸਹਾਰਦੇ ਹੁੰਦੇ ਉਹਨਾਂ ਦੇ ਕਪੜੇ ਲਹੀਦੇ ਜਿਹੜਾ ਆ ਉਹ ਜਿਹੜਾ ਉਹ ਪਾ ਲਿਓ ਹੋਰ ਵੀ ਬਹੁਤ ਸਾਰੇ ਜਿਹੜੇ ਇਦਾਂ ਦੇ ਟਰੀ ਜਿਹੜੇ ਉਹ ਰਹਿੰਦੇ ਆ